Hello, 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 hello.
दस बार ओम गण गण गणाधिपति का जाप करके मां भगवती वैष्णो रानी जी की पावन पवित्र और सुंदरतम ज्योति दे और श्री गणपति महाराज के सबसे मंदिर नाम खुला दर्शन कर
Thank you.
మా సుగతి దీపాలను శుభకృతుకం చరణాన్ని ఇచ్చు. జిని సార్ సంగత్ భగవతి కి కృపత ఇంటి దగ్గే మహారాణి దీపావళి శిశ్వదాగం కానీ ప్రవాహమయ యాత్రా హై హర్ సాల వార్షిక రూప మాతా కే చరణ కి జాతే సి ਮਾਂ ਦੇ ਪਾਵਨ ਪੁੱਤਰ ਦਰਸ਼ਨ ਕਰਕੇ ਆਪਣੀਆਂ ਚੋਰੀਆਂ ਭਰ ਕੇ ਜੀਵਨ ਦੇ ਸਾਲ ਜਿਹੜਾ ਅੰਤਿਮ ਦਿਨਾਂ ਮਹੀਨਾ ਹੁੰਦਾ ਹੈ ਉਹ ਮਾਈ ਦੇ ਦਰਬਾਰ ਵਿੱਚ ਜਾ ਕੇ ਲਿਖਾ ਕੇ ਆਪਣੀਆਂ ਹਾਜ਼ਰੀਆਂ ਲਗਾ ਕੇ ਭਗਵਤ ਦੇ ਕੋਲ ਚੋਰੀਆਂ ਭਰਦੇ ਤੋ ਇਸ ਲਈ ਪ੍ਰੇਮ ਦੇ ਨਾਲ ਭਗਵਤ ਦੇ ਚਰਨਾਂ ਵਿੱਚ ਜਿੰਨੀ ਵੀ ਸੰਗਤ ਮਾਂ ਦੇ ਸੱਜੇ ਹੋਏ ਸੱਜੇ ਵਿੱਚੋਂ ਭਗਵਤ ਦਰਬਾਰ 'ਚ ਜਾ ਰਹੀ ਹੈ ਮਿਲ ਕੇ ਭਗਵਤ ਦੇ ਚਰਨਾਂ 'ਚ ਹੁਣ ਪ੍ਰਾਰਥਨਾ ਕਰਦੀ ਹੈ ਕਿ ਮਾਂ ਤੇਰੀ ਹੀ ਆਸਰੇ ਤੇਰੀ ਹੀ ਸਹਾਰੇ ਤੇਰੀ ਹੀ ਭਰੋਸੇ ਤੇਰੀ ਹੀ ਕਿਰਪਾ ਦੇ ਨਾਲ ਤੇਰੀ ਹੀ ਸੱਜੇ ਹੋਏ ਸਾਰੇ ਬਾਲ ਬਾਲ ਦੇ ਦਰਸ਼ਨਾਂ ਵਾਸਤੇ ਜਿਹੜੇ ਤਾਰੇ ਸਭ ਨੂੰ ਖੁੱਲੇ ਖੁੱਲੇ ਦਰਸ਼ਨ ਦੇ ਕੇ ਨਿਹਾਲ ਕਰਕੇ ਚੋਰੀਆਂ ਭਰ ਕੇ ਸਭ ਦੇ ਜੀਵਨ ਵਿੱਚ ਖੁਸ਼ੀਆਂ ਬਖਸ਼ਣਾ ਮਿਲ ਕੇ ਅਭੀ ਪ੍ਰਾਰਥਨਾ ਭਗਵਤ ਦੇ ਚਰਨਾਂ ਔਰ ਕੁਝ ਮਾਲਕਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਉਹਨਾਂ ਦਾ ਅਸ਼ੀਰਵਾਦ ਮਾਨ ਕੇ ਪਵਿੱਤਰ ਬਾਗ ਵਿੱਚ ਬੈਠ ਕੇ ਮਾਨ ਕੀਤੀਆਂ ਸੁਣਾਣੀਆਂ ਆਓ ਇੱਕ ਵਾਰੀ ਫੇਰ ਮਿਲ ਕੇ ਮਾਤਾ ਦੇ ਕਰਨ ਲਈਏ ਤਾਂ ਕਿ ਭਗਵਤ ਨਾਮ ਪ੍ਰਸੰਨ ਹੋਵੇ ਔਰ ਮਿਲ ਕੇ ਪਿਆਰ ਦਾ ਲਾਲ ਹਾਜ਼ਰੀ ਸਾਰੇ ਪਿਆਰ ਦਾ ਭਗਵਤ ਦੇ ਚਰਨ ਚ Yeah.
Thank you.
सर्व संकट निवारणी है, सर्व दुख तारणी है और सर्व सुख प्रदायी है।
ਉਸਦੇ ਚਰਨਾਂ ਵਿੱਚ ਜਾ ਕੇ ਮਸਤਕ ਹੋ ਕੇ ਹਾਜ਼ਰੀ ਭਰ ਕੇ ਮਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਆਪਣੀ ਉਹਨੇ ਨਾ ਇਤਿਹਾਸ ਨੂੰ ਬੁਝਾਈਏ। ਮਾਂ ਦਾ ਸਦਾ ਆਇਆ ਹੈ, ਬੜੇ ਹੀ ਪ੍ਰੇਮ ਦੇ ਨਾਲ ਭਗਤ ਪਰਿਵਾਰ ਵਿੱਚ ਬੈਠ ਕੇ ਮਾਂ ਦਾ ਮੰਤਰ ਗਾਉਣ ਵਾਲਿਆਂ ਦੀ ਮੇਰੀ ਬੇਨਤੀ ਹੈ, ਪਿਆਰ ਦੇ ਨਾਲ ਜੋ ਜੋ ਗੁਣਗਾਨ ਕੀਤਾ ਜਾ ਰਿਹਾ ਉਸਨੂੰ ਜ਼ਰੂਰ ਗਾਓ, ਭਗਵਤ ਦੀ ਹਾਜ਼ਰੀ ਜ਼ਰੂਰ ਲਗਾਓ, ਮਿਲ ਕੇ ਆਪਣੀ ਬਾਣੀ ਨੂੰ ਪਵਿੱਤਰ ਕਰੋ, ਰਸਤਾ ਨੂੰ ਪਵਿੱਤਰ ਕਰੋ। ਆਓ ਸਰਵ ਪ੍ਰਥਮ ਸਭ ਪੂਜਨੀ ਹੈ ਪ੍ਰਥਮ ਵੰਦਨੀ ਹੈ ਸ਼੍ਰੀ ਤੇਜ ਮਹਾਰਾਜ ਦੀ ਪ੍ਰਸੰਨਤਾ ਵਾਸਤੇ, ਉਹਨਾਂ ਦਾ ਪਾਵਨ ਬੰਦਨ ਅਭਿਨੰਦਨ ਗਾ ਕੇ ਉਹਨਾਂ ਨੂੰ ਰਿਛਾਈਏ। ਪਿਆਰੇ ਪਿਆਰੇ ਬੋਲ, ਮਿਲ ਕੇ ਗਣਪਤੀ ਦੇ ਚਰਨ ਸਾਰੀ ਸੰਗਤ ਮੇਰਾ ਦੇ ਚਰਨ ਚ ਕਰਕੇ ਰਸਤਾ ਸੰਗਤ Thank you.
Thank you.
15 ਤਰੀਕ ਦਾ ਜਿਹੜਾ ਨੇਮ ਆਖਰੀ ਨੇਮ ਹੈ ਇਸ ਸਾਲ ਦਾ
उस सवेरे 9 बजे ज्योति का प्रकाश माता के चरण च होएगा, जिस तरह रात को 9 बजे होता है, क्योंकि दूसरे दिन असी यात्रा च जाना है, उसकी तैयारी में मद्देनजर रखते हुए सवेरे माई का नाम लवान। आने वाला 15 तरीक नहीं आना है, तो सवेरे 9 बजे माई की ज्योति का प्रकाश होएगा और दूसरे दिन फिर भगवत जी की यात्रा है। बड़े ही प्यार के नाल माई सब लेके जाते, सब लेके दर्शन करा के प्यार दर पीजे, कभी प्रार्थना गा के आओ रचना हो माई के चरण चाहिए, प्रेम नमित के सारी संगत से प्यार करो। Oh,
Thank you.
Thank you.
नाम तेरा रखे हर
ਸੁਣਾ ਦਵਾਂ ਇੱਕ 15 ਵਾਲਾ ਜਿਹੜਾ ਹੁਣ 15 ਤਰੀਕ ਤੋਂ ਆਉਣ ਵਾਲਾ ਹੈ
ਉਹ 15 80 ਰਾਤ ਦੀ ਬਜਾਏ ਸਵੇਰੇ ਕਰਨਾ ਹੈ। ਸਵੇਰੇ 9 ਵਜੇ ਮਾਈ ਦੀ ਜੋਤੀ ਦਾ ਪ੍ਰਕਾਸ਼ ਹੋਏਗਾ, ਸਵੇਰੇ ਮਾਤਾ ਭਜਨ ਕਰਾਂਗੇ, ਕਿਉਂਕਿ ਦੂਸਰੇ ਦਿਨ ਭਗਵਤ ਦੇ ਚਰਨਾਂ ਮਾਂ ਦੀ ਜਾ ਕੇ ਸਾਹਮਣੇ ਜਾਣਾ ਹੈ। ਇਸ ਲਈ ਸਵੇਰ ਦਾ ਸਮਾਂ ਰੱਖਿਆ ਗਿਆ, ਸਭ ਸਵੇਰੇ ਆਓ। I'm gonna make it.
Thank you.
Thank you.
जय 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 ज
आती है मेरी रहन जाना, ओ मेरे माता जी तेरी रहन पवन पूजा
प्रकाश होगा
क्योंकि दूसरे दिन यात्रा है और मंत्रवाड़ा जिला की सवेरे करना है, सारी संगत समय से रात की बात तक मिल की आरतियां आदि करनी है। आज जी मन करावे तेरे आगे अब मैं निमन मेरा दा चेता माए ते गर्दनी
Bye.
Maya.